ਜਲ ਬਿਨਾ ਤਾਂ ਜੀਵਨ ਨਹੀਂ ਜਾਣੇ ਕੁਲ ਲੁਕਾਈ ਚਲਦਾ ਸਭ ਸਤਕਾਰ ਕਰੋ ਇਹੋ ਬੇਨਤੀ ਭਾਈ ਅਲਦਾ ਦਾਣਾ ਦਾਹੀ ਕੁੰਗਰੇ ਅਲਦਾ ਦਾਣਾ ਦਾਹੀ ਕੁੰਗਰੇ ਜੇ ਮਿਲਦਾ ਹੈ ਜਲ ਆਜੋ ਕਦੇ ਬੁਲਾਇਏ ਨਾ ਜਲ ਕੰਤਾ ਮਿਸ਼ਨ ਬਣਾ ਕੇ ਲੱਭਿਆ ਇਸ ਦਾ ਹੱਲ ਚਲ ਵਿਭਾਗ ਦੇ ਕਦਮ ਸਦਕਾ ਮਾਰ ਲੈਣੀ ਹੈ ਮਲ ਘਰ ਘਰ ਨਲ ਘਰ ਘਰ ਜਲ 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 ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਹਫਤਾਵਾਰ ਪ੍ਰੋਗਰਾਮ ਜਲ ਹੈ ਤਕਲ ਦੇ ਸਾਰੇ ਸਰੋਤਿਆਂ ਨੂੰ ਮੈਂ ਹਰਸ਼ ਕੋਇਲ ਮੈਂ 발ਮਕੰਦ ਸ਼ਰਮਾ ਤੁਹਾਡੀ ਸੇਵਾ ਚ ਹਾਜ਼ਰ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਸਾਡਾ ਇਹ ਪ੍ਰੋਗਰਾਮ ਸ਼ਾਮ 5:30 ਐਤਵਾਰ ਨੂੰ DD ਪੰਜਾਬੀ ਚੈਨਲ ਤੇ ਅਸੀਂ ਤੁਹਾਨੂੰ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ ਔਰ ਇਸ ਤੋਂ ਇਲਾਵਾ YouTube ਚੈਨਲ ਜਲ ਹੈ ਤਕਲ ਹੈ ਜਿਸ ਵਿੱਚ ਅਸੀਂ ਆਪਣੇ ਸਾਰੇ ਐਪੀਸੋਡਸ ਜਿਹੜੇ ਹੈਗੇ ਆ ਅਪਲੋਡ ਕਰਦੇ ਹਾਂ ਔਰ ਮੇਰੀ ਸਾਰੇ ਸਰੋਤਿਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਸਾਡੇ ਇਸ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਜਿਸ ਨਾਲ ਕੀ ਤੁਹਾਡੇ ਕਮੈਂਟ ਬਾਕਸ 'ਚ ਵੀ ਸਾਨੂੰ ਆਪਣੇ ਸੁਝਾਅ ਦਿਓ ਜਿਸ ਨਾਲ ਕੀ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਬਿਹਤਰ ਕਰ ਸਕੀਏ ਤੇ ਪਿਆਰੇ ਦਰਸ਼ਕੋ ਇਸ ਤੋਂ ਇਲਾਵਾ ਸਾਡਾ ਇਹ ਪ੍ਰੋਗਰਾਮ ਤੁਸੀਂ ਜਲੰਧਰ ਦੇ ਆਲਰੇਡੀ ਰੇਡੀਓ ਤੋਂ ਦਿਹਤੀ ਪ੍ਰੋਗਰਾਮ ਦੇ ਸੇਵਾਜੋਂ ਵੀ ਸ਼ਾਮ 7 ਵਜੇ ਸੁਣ ਵੀ ਸਕਦੇ ਹੋ ਸ਼ਰਮਾ ਜੀ ਅੱਜ ਅਸੀਂ ਆਪਣੇ ਸਰੋਤਿਆਂ ਲਈ ਕੀ ਲੈ ਕੇ ਆਏ ਹਾਂ ਹਰਸ਼ ਜੀ ਅਸੀਂ ਹਮੇਸ਼ਾ ਆਪਣੇ ਦਰਸ਼ਕਾਂ ਵਾਸਤੇ ਅਹਿਮ ਵਿਸ਼ੇ ਚ ਹੁੰਦੇ ਆਂ ਤੇ ਅਸੀਂ ਵਾਟਰ ਕੁਆਲਿਟੀ ਨੂੰ ਬਹੁਤ ਐਮੇ ਦੇ ਰਿਹਾ ਵਿਭਾਗ ਤੇ ਅੱਜ ਵੀ ਅਸੀਂ ਵਾਟਰ ਕੁਆਲਿਟੀ ਦੀ ਗੱਲਾਂ ਕਰਾਂਗੇ ਸਾਡੇ ਅੱਜ ਦਾ ਵਿਸ਼ਾ ਹੈ ਪਿੰਡੋਂ ਔਰਤਾਂ ਨੂੰ ਪੀਣ ਵਾਲੇ ਪਾਣੀ ਦੀ ਗੁਣਵੱਤਾ ਅਤੇ ਜਾਂਚ ਲਈ ਸਮਰੱਥ ਬਣਾਉਣਾ ਕਿਉਂਕਿ ਹਰਸ ਜੀ ਜਦ ਤੱਕ ਅਸੀਂ ਪਿੰਡਾਂ ਦੇ ਵਿੱਚ ਪੀਣ ਵਾਲਾ ਪਾਣੀ ਸ਼ੁੱਧ ਨਹੀਂ ਮਹੱਈਆ ਕਰਉਂਦੇ ਤਦ ਤੱਕ ਗੱਲ ਬੰਦ ਹੀ ਨਹੀਂ ਬਿਲਕੁਲ ਔਰ ਜੇਕਰ ਅਸੀਂ ਸ਼ੁੱਧ ਪਾਣੀ ਮਹੱਈਆ ਕਰਵਾਵਾਂਗੇ ਸਾਡੇ ਇੱਕ ਪਰਿਵਾਰ ਨੂੰ ਹੀ ਨਹੀਂ ਇੱਕ ਅਕੱਚੀ ਸਮਾਜ ਨੂੰ ਵੀ ਜਿਹੜੀ ਹੈਗੀ ਆ ਅਸੀਂ ਇੱਕ ਤੰਦਰੁਸਤੀ ਦੇ ਤੌਰ 'ਤੇ ਲੈ ਕੇ ਜਾਵਾਂਗੇ ਤੇ ਅਸੀਂ ਇਹ ਵੀ ਸੋਚਦੇ ਹਾਂ ਕਿ ਜੇ ਸ਼ੁੱਧ ਪਾਣੀ ਪਿਚਾ ਰਹੇ ਹਾਂ ਤਾਂ ਸਾਡੇ ਪਿੰਡਾਂ ਵਿੱਚ ਬਿਮਾਰੀਆਂ ਵੀ ਕਾਫੀ ਹੱਦ ਘਟਣਗੀਆਂ ਹਾਂਜੀ ਸ਼ਰਮਾ ਜੀ ਔਰ ਇਸ ਤੋਂ ਇਲਾਵਾ ਤੁਸੀਂ ਦੇਖੋਗੇ ਜਿਹੜਾ ਸਾਡਾ ਮਿਸ਼ਨ ਹੈ ਸਵੱਛ ਔਰ ਸਵਸਤ ਪੰਜਾਬ ਉਸ ਨੂੰ ਪਾਣ ਦੇ ਟੀਚੇ ਵੱਲ ਵੀ ਅਸੀਂ ਕਦਮ ਲੈ ਰਹੇ ਹਾਂ ਇਸ ਤੋਂ ਇਲਾਵਾ ਮਿਸ਼ਨ ਸਵੱਛ ਔਰ ਸਵਸਤ ਪੰਜਾਬ ਦੇ ਟੀਚੇ ਲਈ ਵੀ ਸਾਡੀ ਤੇਜ਼ੀ ਆਵੇਗੀ ਬਿਲਕੁਲ ਹਰਸ਼ਜੀਤ ਠੀਕ ਫਰਮਾ ਰਹੇ ਤੁਸੀਂ ਅਸੀਂ ਆਪਣੇ ਸ਼ੁੱਧ ਜਲ ਦੇ ਗੱਲਾਂ ਕਰਨੀਆਂ ਕਰਨੀਆਂ ਅੱਜ ਵਿਸ਼ੇਤ ਬਗੈਰ ਹੋਰ ਅਸੀਂ ਕੀ ਲੈ ਕੇ ਆ ਰਹੇ ਹਾਂ ਸਾਡੇ ਤਾਇਆ ਜੀ ਸਾਡੇ ਲਈ ਸਕਿੱਟ ਲੈ ਕੇ ਆਣਗੇ ਤੇ ਸਾਡੇ ਬੱਚੇ ਵੀ ਵਨਗੀਆਂ ਪੇਸ਼ ਕਰਨਗੇ ਤੇ ਹਰਸ਼ਜੀਤ ਜਿਹੜਾ ਅੱਜ ਵਿਸ਼ਾ ਵਾ ਉਹਦੇ ਸਾਡੇ ਮਹਿਮਾਨ ਅੱਜ ਕੌਣ ਹੋਣਗੇ ਸ਼ਰਮਾ ਜੀ ਸਾਡੇ ਅੱਜ ਦੇ ਮਹਿਮਾਨ ਜਿਨ੍ਹਾਂ ਨੇ ਆਪਣੀ ਸਾਰੀ ਲਾਈਫ ਜਿਹੜੀ ਹੈ ਵਾਟਰ ਕੁਆਲਿਟੀ ਐਸਪੈਕਟਸ ਤੇ ਕੰਮ ਕੀਤਾ ਹੈ ਬਹੁਤ ਵੱਡੇ ਥਿੰਕ ਟੈਂਕ ਨੇ ਆਓ ਬੁਲਾਈਏ ਮੈਡਮ ਵਿਨਾਕਸ਼ੀ ਸ਼ਰਮਾ ਜੀ ਨੂੰ ਕਰ ਕਰ ਨਾਲ ਕਰ ਕਰ ਜਲ ਪਿਆਰੇ ਦਰਸ਼ਕੋ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਅੱਜ ਦੇ ਵਿਸ਼ੇ ਦੇ ਮਹਿਮਾਨ ਜੋ ਨੇ ਸਾਬਕਾ ਡਾਇਰੈਕਟਰ ਵਾਟਰ ਕੁਆਲਿਟੀ ਤਸ਼ਰੀਫ ਫਰਮਾ ਹੋ ਚੁੱਕੇ ਨੇ ਆਓ ਸਵਾਗਤ ਕਰੀਏ ਮੈਡਮ ਵਿਨਾਕਸ਼ੀ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਦਰਸ਼ਕਾਂ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਔਰ ਸਾਡੇ ਅੱਜ ਦਾ ਵਿਸ਼ਾ ਹੈ ਪਿੰਡੋ ਔਰਤਾਂ ਨੂੰ ਪਾਣੀ ਦੀ ਗੁਣਵੱਤਾ ਅਤੇ ਜਾਂਚ ਲਈ ਸਮਰਥ ਬਣਾਉਣਾ ਔਰ ਮੈਡਮ ਮੈਂ ਇਸੇ ਵਿਸ਼ੇ ਤੇ ਤੁਹਾਨੂੰ ਪੁੱਛਣਾ ਚਾਹਾਂਗੀ ਔਰ ਸਾਡੇ ਸਰੋਤੇ ਵੀ ਇਹ ਜਾਨਣਾ ਚਾਹਣਗੇ ਕਿ ਪਾਣੀ ਦੀ ਗੁਣਵਤਾ ਅਤੇ ਜਾਂਚ ਔਰਤਾਂ ਨੂੰ ਸਿਖਾਉਣਾ ਕਿਉਂ ਜ਼ਰੂਰੀ ਹੈ ਔਰ ਸਾਡਾ ਵਿਭਾਗ ਇਸ ਲਈ ਕੀ ਕੀ ਉਪਰਾਲੇ ਕਰ ਰਿਹਾ ਹੈ ਹਰਸ਼ ਜੀ ਤੁਸੀਂ ਬਹੁਤ ਹੀ ਸੋਹਣਾ ਸਵਾਲ ਕੀਤਾ ਹੈ ਪਾਣੀ ਦੀ ਜਾਂਚ ਦਾ ਸਿੱਧਾ ਸੰਬੰਧ ਸਿਹਤ ਨਾਲ ਹੈ ਔਰ ਅਗਰ ਅਸੀਂ ਪੁਰਾਣੀ ਸਦੀ ਚ ਜਾਈਏ ਤਾਂ ਤੁਸੀਂ ਦੇਖੋਗੇ ਅਗਰ ਅਸੀਂ 17ਵੀਂ ਸਦੀ 18ਵੀਂ ਸਦੀ ਚ ਜਾਈਏ ਉਸ ਸਦੀ ਦੇ ਵਿੱਚ ਵੀ ਜਦੋਂ ਕੋਈ ਮਹਾਮਾਰੀ ਫੈਲਦੀ ਸੀ ਤੇ ਔਰਤਾਂ ਕਈ ਤਰ੍ਹਾਂ ਦੇ ਪਕਵਾਨ ਬਣਾ ਕੇ માતા ਸ਼ੀਤਲਾ ਦੇ ਮੰਦਰ ਚੜਾਉਂਦੀਆਂ ਸੀ ਤਾਂ ਕਿ ਪਰਿਵਾਰ ਵਿੱਚ ਕਿਸੇ ਨੂੰ ਕੋਈ ਬਿਮਾਰੀ ਨਾ ਆਵੇ ਸੋ ਅਸੀਂ ਇਹ ਕਹੀਏ ਕਿ ਇਹ ਜ਼ਿੰਮੇਵਾਰੀ ਤਾਂ ਸਦੀਆਂ ਤੋਂ ਹੀ ਔਰਤਾਂ ਕੋਲ ਹੈ ਨੁਭਾਰੀਆਂ ਔਰਤਾਂ ਨੁਭਾਰ ਰਹੀਆਂ ਲੇਕਿਨ ਐਨੀ ਗੱਲ ਇਹ ਆ ਕਿ ਪਹਿਲਾਂ ਇਹਨਾਂ ਬਿਮਾਰੀਆਂ ਬਾਰੇ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਨਹੀਂ ਸੀ ਜੀ ਲੇਕਿਨ 19ਵੀਂ ਸਦੀ ਇੱਕ ਅਜੀਹੀ ਸਦੀ ਆਈ ਜਿਹਦੇ ਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੇ ਰਿਸਰਚ ਹੋਈ ਔਰ ਉਹਦੇ ਚ ਪਤਾ ਲੱਗਣ ਲੱਗਿਆ ਵੀ ਪਾਣੀ ਦੇ ਵਿੱਚ ਵੀ ਜੀਵਾਣੂ ਹੋ ਸਕਦੇ ਖੋਜਾਂ ਹੋਣ ਲੱਗੀਆਂ ਖੋਜਾਂ ਹੋਣ ਲੱਗੀਆਂ ਲੇਕਿਨ 19ਵੀਂ ਸਦੀ ਤੱਕ ਇਹ ਜਿਹੜੀ ਜਾਣਕਾਰੀ ਸੀਗੀ ਇਹ ਸਿਰਫ ਡਾਕਟਰ ਤੇ ਸਾਇੰਸਦਾਨਾਂ ਤੱਕ ਹੀ ਰਹੀ ਹੁਣ ਅਸੀਂ ਨਵੇਂ ਯੁੱਗ ਚ ਪ੍ਰਵੇਸ਼ ਕਰ ਗਏ ਆ ਜਿੱਥੇ ਸਾਡੇ ਵਿਭਾਗ ਵੱਲੋਂ ਵੀ ਇਹ ਜਾਣਕਾਰੀ ਸਾਰੀਆਂ ਔਰਤਾਂ ਨੂੰ ਦਿੱਤੀ ਜਾ ਰਹੀ ਹੈ ਕਿ ਦੱਸੋ ਪਾਣੀ ਦੇ ਵਿੱਚ ਅਗਰ ਕਿਟਾਨੂ ਹਨ ਤਾਂ ਤੁਹਾਡੇ ਪਰਿਵਾਰ ਨੂੰ ਬਿਮਾਰੀ ਆ ਸਕਦੀ ਹੈ ਇਸ ਕਰਕੇ ਅਸੀਂ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕਰ ਰਹੇ ਹਾਂ ਪਿੰਡ ਦੀਆਂ 5 ਔਰਤਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਤੇ ਮੈਡਮ ਉਪਰਾਲਿਆਂ ਵਿੱਚ ਟ੍ਰੇਨਿੰਗ ਤੁਸੀਂ ਸ਼ੁਰੂ ਕਰਤੀਆਂ ਹੋਈਆਂ ਤੇ ਕਿਹੜੇ ਕਿਹੜੇ ਟੈਸਟ ਵਾ ਦੀ ਟ੍ਰੇਨਿੰਗ ਦਿੰਦੇ ਹੋ ਤੇ ਇਹੜੇ ਟੈਸਟ ਵਾ ਇਹਨਾਂ ਚ ਕਿਹੜੇ ਟੈਸਟ ਬਹੁਤ ਜ਼ਰੂਰੀ ਸਮਝਦੇ ਆਂ ਸ਼ਰਮਾ ਜੀ ਅਸੀਂ 12 13 ਟੈਸਟ ਜਿਹੜੇ ਆ ਉਹ ਕਰਕੇ ਦਿਖਾਣੇ ਆ ਇੱਕ ਛੋਟੀ ਜੀ ਕਿਟ ਆਂਦੀ ਹੈ ਜਿਹਦੀ ਕੀਮਤ 2500 ਰੁਪਿਆ ਹੈ ਉਹਦੇ ਚ ਹਰ ਸਮਾਨ ਮੌਜੂਦ ਹੈ ਕਿਟ ਵਿੱਚ ਉਸ ਕਿਟ ਵਿੱਚ ਹਰ ਸਮਾਨ ਮੌਜੂਦ ਹੈ ਉਹਦੇ 12 ਪੈਰਾਮੀਟਰਾਂ ਦੇ 100 ਟੈਸਟੋ ਕਿਟ ਕਰ ਸਕਦੀ ਹੈ ਉਹਦੇ ਚ ਇਹੋ ਜੀ ਫੈਸਿਲਿਟੀ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਤਜਾਬੀ ਹੈ ਜਾਂ ਖਾਰਾ ਹੈ ਪਾਣੀ ਦੀ ਅਲਕਲਿਨਿਟੀ ਕਿੰਨੀ ਹੈ ਪਾਣੀ ਸਖਤ ਹੈ ਜਾਂ ਨਰਮ ਹੈ ਪਾਣੀ ਦੇ ਵਿੱਚ ਫਲੋਰਾਇਡ ਵੱਧ ਮਾਤਰਾ ਚ ਤਾਂ ਨਹੀਂ ਪਾਣੀ ਦੇ ਵਿੱਚ ਸ਼ੋਰਾ ਤਾਂ ਨਹੀਂ ਵੱਧ ਮਾਤਰਾ ਵਿੱਚ ਔਰ ਇਸ ਪਾਣੀ ਦੇ ਵਿੱਚ ਲੋਹਾ ਲੋਹਾ ਵੀ ਕਈ ਦਫਾ ਜਿਆਦਾ ਲੋਹੇ ਦੀ ਮਾਤਰਾ ਵੀ ਖਤਰਨਾਕ ਹੁੰਦੀ ਹੈ ਸੋ ਇਹ ਟੈਸਟ ਜਿਹੜੇ ਆ ਉਹ ਕਿੱਟ ਨਾਲ ਹੋ ਸਕਦੇ ਆ ਇਸ ਤੋਂ ਇਲਾਵਾ ਇੱਕ ਅਸੀਂ ਛੋਟੀ ਜੀ ਵਾਇਲ ਵੀ ਲੋਕਾਂ ਨੂੰ ਦਿੰਨੇ ਆ ਇੱਕ ਇਹ ਵਾਇਲ ਹੈ ਜਿਹੜੀ ਕੀ ਸਾਨੂੰ ਦੱਸਦੀ ਹੈ ਪਾਣੀ ਦੇ ਵਿੱਚ ਹਾਨੀਕਾਰਕ ਜੀਵਾਣੂ ਤਾਂ ਨਹੀਂ ਕਿਟਾਣੂ ਕੋਈ ਕਿਟਾਣੂ ਤਾਂ ਨਹੀਂ ਅਗਰ ਪਾਣੀ ਵਿੱਚ ਹਾਨੀਕਾਰਕ ਕਿਟਾਣੂ ਹੈ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਉਹ ਕਾਰਨ ਬਣਨਗੇ ਮੈਮ ਸਾਡੇ ਸਰੋਤੇ ਜਾਨਣਾ ਚਾਣਗੇ ਔਰ ਤੁਸੀਂ ਇਸ ਟੈਸਟ ਬਾਰੇ ਵਿਸਤਾਰਪੂਰਵਕ ਸਾਨੂੰ ਦੱਸੋ ਕਿ ਅਸੀਂ ਇਹਨੂੰ ਘਰ ਬੈਠੇ ਕਿਵੇਂ ਇਸਤੇਮਾਲ ਕਰ ਸਕਦੇ ਹਾਂ ਇਹ ਵਾਇਲ ਵਰਤਣੀ ਕਿਵੇਂ ਹੈ ਹਾਂਜੀ ਇਹ ਵਾਇਲ ਅਸੀਂ ਵਰਤਣੀ ਕਿਵੇਂ ਹੈ ਘਰ 'ਚ ਮੈਂ ਆਪਣੀਆਂ ਭੈਣਾਂ ਨੂੰ ਦੱਸਣਾ ਚਾਹੁੰਦੀ ਹਾਂ ਕੀ ਪਾਣੀ ਵਿੱਚ ਕਈ ਤਰ੍ਹਾਂ ਦੇ ਹਾਨੀਕਾਰਕ ਕਿਟਾਨੂ ਮੌਜੂਦ ਹੁੰਦੇ ਹਨ ਜਿਹੜੇ ਕੀ ਬਿਮਾਰੀਆਂ ਦਾ ਕਾਰਨ ਬੰਦੇ ਹੈ ਉਸ ਦੀ ਜਾਂਚ ਕਰਨ ਵਾਸਤੇ ਵਿਭਾਗ ਵੱਲੋਂ ਹਰ ਪਿੰਡ ਦੇ ਵਿੱਚ ਇੱਕ ਕਿਟ ਵੰਡੀ ਜਾਂਦੀ ਹੈ ਇਸ ਕਿਟ ਦੇ ਵਿੱਚ ਤੁਸੀਂ ਪਾਣੀ ਪਾ ਕੇ ਰੱਖ ਦੋ ਪਾਣੀ ਨੂੰ 24 ਘੰਟੇ ਪਿਆ ਰਹਿਣ ਦਿਓ ਅਗਰ ਤੁਹਾਡੇ ਪਾਣੀ ਦਾ ਰੰਗ ਕਾਲਾ ਹੋ ਜਾਂਦਾ ਹੈ ਤਾਂ ਇਸ ਦਾ ਮਤਲਬ ਪਾਣੀ ਵਿੱਚ ਕਿਟਾਨੂ ਹਨ ਮਗਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਟੈਸਟ ਜਿਹੜੇ ਲੈਬੋਰੀਆਂ 'ਚ ਕੀਤੇ ਜਾਂਦੇ ਆ ਉਹਨੂੰ ਘਰ ਕਰਨ ਨਾਲ ਹੀ ਤੁਹਾਨੂੰ ਕਿਵੇਂ ਪਤਾ ਲੱਗ ਸਕੇਗਾ ਜੇ ਇਹ ਸਕਿਟ ਨੂੰ ਮੈਂ ਜਾਦੂ ਦੀ ਕਿਟ ਕਹਾ ਤਾਂ ਮੈਂ ਕੁਝ ਗਲਤ ਨਹੀਂ ਕਹਿ ਰਹੀ ਇਹ ਛੋਟੀ ਜਿਹੀ ਕਿਟ ਜਿਹੜੀ ਹੈ ਤੁਹਾਡੇ ਘਰ ਦੇ ਵਿੱਚ ਹੀ ਪਾਣੀ ਨੂੰ ਟੈਸਟ ਕਰਕੇ ਦੱਸ ਦੇਗੀ ਕਿ ਕੀ ਇਹ ਪਾਣੀ ਤੁਹਾਡੇ ਬੱਚਿਆਂ ਦੇ ਤੁਹਾਡੇ ਪਰਿਵਾਰ ਲਈ ਠੀਕ ਹੈ ਜਾਂ ਇਹ ਪਾਣੀ ਠੀਕ ਨਹੀਂ ਹੈ ਸੋ ਹੁੰਦਾ ਕੀ ਹੈ ਜੇ ਪਾਣੀ ਦੇ ਵਿੱਚ ਟਟਾਣੂ ਹਨ ਤਾਂ ਅਸੀਂ ਕੀ ਕਰਨਾ ਹੈ ਇਸ ਕਿੱਟ ਦੇ ਵਿੱਚ ਇੱਕ ਨਿਸ਼ਾਨ ਲੱਗਿਆ ਹੈ ਉਸ ਨਿਸ਼ਾਨ ਤੱਕ ਇਹਦੇ ਵਿੱਚ ਉਸ ਪਾਣੀ ਨੂੰ ਭਰ ਲਓ ਜਿਹਦੀ ਤੁਸੀਂ ਜਾਂਚ ਕਰਨਾ ਚਾਹੁੰਦੇ ਹੋ ਉਸ ਪਾਣੀ ਨੂੰ ਭਰਨ ਤੋਂ ਉਪਰੰਤ ਇਸ ਕਿੱਟ ਨੂੰ ਥੋੜੀ ਨਿੱਗੀ ਥਾਂ ਤੇ ਰੱਖ ਦਿਓ ਹੁਣ ਮੇਰੀਆਂ ਭੈਣਾਂ ਇਹ ਸਵਾਲ ਪੁੱਛਣਾ ਚਾਹਣਗੀਆਂ ਕਿ ਇਸ ਨੂੰ ਨਿੱਗੀ ਥਾਂ ਤੇ ਕਿਉਂ ਰੱਖੀਏ ਮੈਂ ਦੱਸਣਾ ਚਾਹੁੰਨੀ ਐ ਕਿ ਜਿਸ ਤਰ੍ਹਾਂ ਤੁਸੀਂ ਦੁੱਧ ਨੂੰ ਜਾਗ ਲਗਾਉਣ ਤੋਂ ਬਾਅਦ ਉਹਨੂੰ ਕੋਸੀ ਥਾਂ ਤੇ ਰੱਖ ਲੈਨੇ ਹੋ ਤਾਂ ਕਿ ਜਿਹੜਾ ਬੈਕਟੀਰੀਆ ਆ ਉਹਦੇ ਚ ਫੈਲ ਜਾਵੇ ਔਰ ਸਾਰੇ ਦੁੱਧ ਦਾ ਨਹੀਂ ਬਣ ਜਾਏ ਇਸੇ ਫਾਰਮੂਲੇ ਤੇ ਇੱਕ ਕਿੱਟ ਬਣਾਈ ਗਈ ਹੈ ਕਿਉਂਕਿ ਅਗਰ ਪਾਣੀ ਦੇ ਵਿੱਚ ਇੱਕ ਬੈਕਟੀਰੀਆ ਹੈ ਦੋ ਬੈਕਟੀਰੀਆ ਹੈ ਉਹਦੀ ਜਾਂਚ ਕਰਨੀ ਸੰਭਵ ਨਹੀਂ ਹੈ ਅਸੀਂ ਚਾਹੁੰਦੇ ਹਾਂ ਕਿ ਇਸ ਸ਼ੀਸ਼ੀ ਦੇ ਵਿੱਚ ਬੈਕਟੀਰੀਆ ਪੂਰੀ ਤਰ੍ਹਾਂ ਫੈਲ ਜਾਵੇ ਜੇ ਉਹ ਫੈਲੇਗਾ ਤਾਂ ਉਹਦੀ ਜਾਂਚ ਕਰਨੀ ਸੌਖੀ ਰਹੇਗੀ ਜਦੋਂ ਬੈਕਟੀਰੀਆ ਫੈਲ ਜਾਂਦਾ ਹੈ ਮੈਂ ਆਪਣੀਆਂ ਭੈਣਾਂ ਨੂੰ ਇੱਕ ਹੋਰ ਚੀਜ਼ ਦੱਸਣਾ ਚਾਹੁੰਦੀ ਆ ਕਿ ਜਿਹੜਾ ਗੰਦਾ ਬੈਕਟੀਰੀਆ ਹੈ ਬੈਕਟੀਰੀਆ ਕਈ ਤਰ੍ਹਾਂ ਦੇ ਹੈ ਬੈਕਟੀਰੀਆ ਲਾਭਦਾਇਕ ਬੈਕਟੀਰੀਆ ਵੀ ਹੁੰਦਾ ਹੈ ਬੈਕਟੀਰੀਆ ਹਾਨੀਕਾਰਕ ਬੈਕਟੀਰੀਆ ਵੀ ਹੁੰਦਾ ਹੈ ਲੇਕਿਨ ਪਾਣੀ ਦੇ ਵਿੱਚ ਅਸੀਂ ਉਸ ਬੈਕਟੀਰੀਆ ਦੀ ਜਾਂਚ ਕਰਨ ਜਾ ਰਹੇ ਹਾਂ ਜਿਹੜਾ ਨੁਕਸਾਨਦੇਹ ਹੈ ਹਾਨੀਕਾਰਕ ਹਾਨੀਕਾਰਕ ਬੈਕਟੀਰੀਆ ਦੇ ਵਿੱਚ ਇੱਕ ਖਾਸੀਅਤ ਹੁੰਦੀ ਹੈ ਕਿ ਉਹ ਇੱਕ ਗੈਸ ਛੱਡਦਾ ਹੈ ਜਿਹਨੂੰ ਕਿ ਹਾਈਡਰੋਜਨ ਸਲਫਾਈਡ ਗੈਸ ਕਹਿੰਦੇ ਆ। ਐਸੀ ਕਰਕੇ ਇਸ ਕਿੱਟ ਦਾ ਨਾਮ ਵੀ ਹਾਈਡਰੋਜਨ ਸਲਫਾਈਡ ਕਿੱਟ ਹੈ। ਜਦੋਂ ਬੈਕਟੀਰੀਆ ਫੈਲ ਜਾਂਦਾ ਹੈ ਤਾਂ ਉਹ ਕਿੰਨੀ ਸਾਰੀ ਹਾਈਡਰੋਜਨ ਗੈਸ ਛੱਡੇਗਾ। ਹੁਣ ਹਾਈਡਰੋਜਨ ਗੈਸ ਦੀ ਇੱਕ ਖਾਸੀਅਤ ਹੁੰਦੀ ਹੈ ਉਹ ਕਿਸੇ ਵੀ ਲੋਹੇ ਦੇ ਸਾਲਟ ਨਾਲ ਲੋਹੇ ਦੇ ਲੂਣ ਦੇ ਨਾਲ ਮਿਲ ਕੇ ਕਾਲੇ ਰੰਗ ਦੀਆਂ ਫੁੱਟੀਆਂ ਬਣਾਉਂਦਾ ਹੈ ਅਸੀਂ ਇਸ ਸ਼ੀਸ਼ੀ ਦੇ ਵਿੱਚ ਇੱਕ ਲੋਹੇ ਦਾ ਲੂਣ ਵੀ ਪਾ ਦਿੰਨੇ ਆ ਜਦੋਂ ਹਾਈਡਰੋਜਨ ਸਲਫਾਈਡ ਗੈਸ ਛੱਡੀ ਜਾਂਦੀ ਹੈ ਬੈਕਟੀਰੀਆ ਵੱਲੋਂ ਤਾਂ ਉਹ ਜਿਹੜਾ ਲੋਹੇ ਦਾ ਲੂਣ ਹੈ ਉਹ ਕਾਲਾ ਹੋ ਜਾਂਦਾ ਹੈ ਜੀ ਦੇ ਨਾਲ ਕੀ ਸਵੇਰ ਤੱਕ 24 ਘੰਟਿਆਂ ਤੋਂ ਬਾਅਦ ਸਾਰੀ ਸ਼ੀਸ਼ੀ ਦਾ ਰੰਗ ਕਾਲਾ ਹੋ ਜਾਂਦਾ ਹੈ ਜੇ ਸ਼ੀਸ਼ੀ ਦਾ ਰੰਗ 24 ਘੰਟਿਆਂ ਚ ਕਾਲਾ ਹੁੰਦਾ ਇਹਦਾ ਮਤਲਬ ਇਹਦੇ ਵਿੱਚ ਬੈਕਟੀਰੀਆ ਹੈ ਜੇ ਟਾਈਮ ਜ਼ਿਆਦਾ ਲੱਗਦਾ ਹੈ 48 ਘੰਟਿਆਂ ਤੋਂ ਬਾਅਦ ਕਾਲਾ ਹੁੰਦਾ ਤਾਂ ਵੀ ਇਹਦੇ ਵਿੱਚ ਬੈਕਟੀਰੀਆ ਹੈ ਪਰ ਘੱਟ ਮਾਤਰਾ ਵਿੱਚ ਹੈ ਜੇ ਉਤੋਂ ਬਾਅਦ ਹੁੰਦਾ ਤਾਂ ਵੀ ਬੈਕਟੀਰੀਆ ਜਿਹੜਾ ਹੈ ਪਰ ਬਹੁਤ ਘੱਟ ਮਾਤਰਾ ਚ ਹੈ ਔਰ ਅਗਰ 24 ਤੋਂ ਵੀ ਪਹਿਲਾਂ 18 ਘੰਟਿਆਂ ਤੋਂ ਬਾਅਦ ਹੀ ਪਾਣੀ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਸੀ ਕਹਿੰਨੇ ਆ ਕਿ ਇਹ ਪਾਣੀ ਜਿਹੜਾ ਇਹ ਬਿਲਕੁਲ ਪੀਣ ਦੇ ਫਿੱਟ ਨਹੀਂ। ਬਿਲਕੁਲ ਨਹੀਂ ਤੇ ਜਦੋਂ ਪਤਾ ਲੱਗ ਗਿਆ ਜੀ ਕਾਲਾ ਹੁੰਦਾ ਵਾ ਤਾਂ ਉਹਦੇ ਅਪਾ ਕੀ ਕਰਨੇ ਸਿੱਪਾ। ਸ਼ਰਮਾ ਜੀ ਤੁਸੀਂ ਅੱਜ ਬਹੁਤ ਹੀ ਸੋਨਾ ਸਵਾਲ ਪੁੱਛਿਆ ਹੈ। ਅਕਸਰ ਅਸੀਂ ਟੈਸਟ ਤਾਂ ਕਰ ਲੈਂਦੇ ਆ। ਪਾਣੀ ਕਾਲਾ ਆ ਵੀ ਗਿਆ ਪਾਣੀ ਪੀਣ ਸ਼ੋਗ ਵੀ ਨਹੀਂ ਹੈ ਪਰ ਸਾਡੇ ਕੋਲ ਕੀ ਆਲਟਰਨੇਟ ਹੈ ਇਸ ਚੀਜ਼ ਦਾ ਇਸ ਤੋਂ ਬਚਣ ਦਾ? ਸੋ ਇੱਥੇ ਮੈਂ ਇੱਕ ਬੜਾ ਹੀ ਦੇਸੀ ਉਪਾਏ ਆਪਣੀਆਂ ਭੈਣਾਂ ਨੂੰ ਦੱਸਣਾ ਚਾਹੁੰਨੀ ਐ ਕਿ ਮੰਨ ਲਓ ਤੁਸੀਂ ਰਾਤ ਨੂੰ ਟੈਸਟ ਕੀਤਾ ਰਾ ਕੀਤੀ ਦੂਰ ਥਾਂ ਤੇ ਤੁਸੀਂ ਬੈਠੇ ਹੋ ਤੁਸੀਂ ਟੈਸਟ ਕੀਤਾ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ ਪਾਣੀ ਸਾਡਾ ਕਾਲਾ ਹੋ ਗਿਆ ਹੁਣ ਤੁਸੀਂ ਕੀ ਕਰੋ ਪਾਣੀ ਨੂੰ 3 ਮਿੰਟ ਲਈ ਉਬਾਲੋ ਜਦੋਂ ਤੁਸੀਂ ਪਾਣੀ ਨੂੰ ਉਬਾਲੋਗੇ ਹੈਜ਼ੇ ਦੇ ਕਿਟਾਣੂ ਟਟੀਆਂ ਉਲਟੀਆਂ ਦੇ ਕਿਟਾਣੂ ਟਾਈਫਾਇਟ ਦੇ ਕਿਟਾਣੂ ਹਰ ਤਰ੍ਹਾਂ ਦੇ ਕਿਟਾਣੂ ਜਿਹੜੇ ਉਹ ਮਰ ਜਾਣਗੇ ਉਸ ਤੋਂ ਬਾਅਦ ਪਾਣੀ ਨੂੰ ਠੰਡਾ ਕਰਕੇ ਤੁਸੀਂ ਉਪਯੋਗ ਕਰੋ ਪਰ ਤੁਸੀਂ ਇਸ ਦੀ ਜਾਣਕਾਰੀ ਜਿਹੜੀ ਆ ਆਪਣੇ ਤੱਕ ਹੀ ਨਹੀਂ ਰੱਖਣੀ ਜੇ ਤਾਂ ਤੁਸੀਂ ਘਟ ਡੂੰਗਾ ਬੋਰ ਲਵਾਇਆ ਹੋਇਆ ਘਰ 'ਚ ਤਾਂ ਉਹ ਬੋਰ ਜਿਹੜਾ ਹੈ ਉਹਦਾ ਪਾਣੀ ਖਰਾਬ ਹੈ ਉਸ ਦਾ ਪਾਣੀ ਇਸਤੇਮਾਲ ਨਾ ਕਰੋ ਜੇ ਤੁਹਾਡੇ ਕੋਲ ਮਹਿਕਮੇ ਦਾ ਪਾਣੀ ਆ ਰਿਹਾ ਹੈ ਪਾਈਪ ਰਾਹੀਂ ਪਾਈਪ ਪਾਣੀ ਆ ਰਿਹਾ ਹੈ ਤਾਂ ਤੁਸੀਂ ਜੀਈ ਸਹਿਬਾਨ ਨੂੰ ਐਸਡੀਓ ਸਹਿਬਾਨ ਨੂੰ ਦੱਸੋ ਕਿ ਪਾਣੀ ਜਿਹੜਾ ਇਹ ਖਰਾਬ ਆ ਰਿਹਾ ਹੈ ਇਹਦਾ ਕੋਈ ਇਲਾਜ ਕੀਤਾ ਜਾਏ ਮਹਿਕਮੇ ਵੱਲੋਂ ਇਹਦਾ ਇਲਾਜ ਕੀਤਾ ਜਾਂਦਾ ਹੈ ਪਾਣੀ ਦੇ ਵਿੱਚ ਬਲੀਚਿੰਗ ਪਾਊਡਰ ਪਾਇਆ ਜਾਂਦਾ ਹੈ ਮਹਿਕਮੇ ਵੱਲੋਂ ਜੇ ਬਲੀਚਿੰਗ ਪਾਊਡਰ ਦੀ ਥਾਂ ਤੇ ਸੋਡੀਅਮ ਹਾਈਪੋਕਲੋਰਾਈਟ ਵੀ ਪਾਇਆ ਜਾਂਦਾ ਹੈ ਲੇਕਿਨ ਘਰ ਵਿੱਚ ਛੋਟੇ ਪੱਧਰ ਤੇ ਤੁਸੀਂ 18 ਲੀਟਰ ਦੀ ਬਾਲਟੀ ਦੇ ਵਿੱਚ ਇੱਕ ਗੋਲੀ ਕਲੋਰੀਨ ਦੀ ਵੀ ਪਾ ਸਕਦੇ ਹੋ ਮਗਰ ਇੱਕ ਗੱਲ ਦਾ ਬਹੁਤ ਖਾਸ ਖਿਆਲ ਰੱਖਣ ਦੀ ਲੋੜ ਹੈ ਕਿ ਜਿਸ ਤਰ੍ਹਾਂ ਕਰੋਸਿੰਨ ਦੀ ਗੋਲੀ ਖਾਣ ਨਾਲ ਇੱਕ ਲਖਤ ਬੁਖਾਰ ਨਹੀਂ ਉਤਰਦਾ ਏਸੇ ਤਰ੍ਹਾਂ ਵੇਟ ਕਰਨੀ ਪੈਂਦੀ ਹੈ ਇਸੇ ਤਰ੍ਹਾਂ ਤੁਸੀਂ ਕਲੋਰੀਨ ਦੀ ਗੋਲੀ ਪਾਤੀ ਬਲੀਚਿੰਗ ਪਾਊਡਰ ਪਾਤਾ ਸੋਡੀਅਮ ਹਾਈਪੋਕਲੋਰਾਈਟ ਪਾਤਾ ਲੇਕਿਨ ਉਹਨੂੰ ਅਸਰ ਕਰਨ ਵਾਸਤੇ ਤੁਹਾਨੂੰ ਸਮਾਂ ਸਮਾਂ ਦੇਣਾ ਪਏਗਾ ਘੱਟ ਤੋਂ ਘੱਟ ਅੱਧੇ ਘੰਟੇ ਦਾ ਟਾਈਮ ਜੇ ਤੁਸੀਂ ਦਿਓਗੇ ਤਾਂ ਹਾਨੀਕਾਰਕ ਜੀਵਾਣੂ ਖਤਮ ਹੋ ਜਾਣਗੇ ਔਰ ਪਾਣੀ ਜਿਹੜਾ ਸ਼ੁੱਧ ਹੋ ਜਾਏਗਾ ਉਸ ਤੋਂ ਬਾਅਦ ਜਿਹੜੀ ਕਲੋਰੀਨ ਪਾਣੀ ਵਿੱਚ ਮਿਲੇਗੀ ਉਹ ਤੁਹਾਨੂੰ ਫ੍ਰੀ ਕਲੋਰੀਨ ਮਿਲੇਗੀ ਉਸ ਤੋਂ ਬਾਅਦ ਤੁਸੀਂ ਉਸ ਪਾਣੀ ਦਾ ਉਪਯੋਗ ਕਰੋਗੇ ਤਾਂ ਬਿਮਾਰੀਆਂ ਤੋਂ ਬਚੇ ਰਹੋਗੇ ਮੈਮ ਸਾਡੇ ਸਰੋਤੇ ਜਾਨਣਾ ਚਾਣਗੇ ਕਿ ਇਹ ਟੈਸਟ ਜਿਹੜੀ ਕਿਟ ਹੈ ਇਹ ਕਿੱਥੋਂ ਮਿਲਦੀ ਹੈ ਤੇ ਜੇਬ ਕਿੰਨੀ ਢਿੱਲੀ ਕਰਨੀ ਪੈਂਦੀ ਹੈ ਕਿੰਨੇ ਦੀ ਹੁੰਦੀ ਹੈ ਇਹ ਸ਼ਰਮਾ ਜੀ ਇਹ ਕਿਟ ਸਿਰਫ 18 ਰੁਪਏ ਦੀ ਆਉਂਦੀ ਹੈ ਕਿਤੇ ਕਿਤੇ ਸਸਤੀ ਵੀ ਮਿਲ ਜਾਂਦੀ ਹੈ 15 ਰੁਪਏ ਦੀ ਵੀ ਮਿਲ ਜਾਂਦੀ ਜਦੋਂ ਅਸੀਂ ਕਾਫੀ ਸਾਰੀਆਂ ਕਿਟਾਂ ਖਰੀਦਦੇ ਹਾਂ ਤਾਂ ਇਹ ਘੱਟ ਕੀਮਤ ਦੀ ਮਿਲ ਜਾਂਦੀ ਸਸਤੀ ਵੀ ਪੈ ਜਾਂਦੀ ਹੈ ਔਰ ਇਹ ਕਿਟ ਅਸੀਂ ਜਿਹੜੀ ਹੈ ਮਹਿਕਮੇ ਵੱਲੋਂ ਫ੍ਰੀ ਚ ਦਿੱਤੀਆਂ ਜਾਂਦੀਆਂ ਮੈਡਮ ਵਿਨਕਸ਼ੀ ਜੀ ਹੁਣ ਆਪਾਂ ਜਿਹੜਾ ਵਿਸ਼ਾ ਇਹਦੇ ਸਮਾਪਨ ਵੱਲ ਨਹੀਂ ਆਈਏ ਕਿ ਸਾਡੇ ਜਿਹੜੀਆਂ ਪਿੰਡੂ ਭੈਣਾਵਾਂ ਔਰਤਾਂ ਸਾਡੇ ਸੁਆਣੀਆਂ ਵਾਂ ਉਹਨਾਂ ਨੂੰ ਜੇ ਤੁਸੀਂ ਗਾਗਰਸਗਰ ਪਰ ਨਾ ਹੋਵੇ ਤਾਂ ਸੰਖੇਪ ਚ ਕੀ ਸਨੇਹ ਦੋਗੇ ਮੈਂ ਆਪਣੀਆਂ ਭੈਣਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੀ ਆ ਕਿ ਕੋਈ ਵੀ ਜੇ ਤੁਸੀਂ ਟੈਸਟ ਕਰੋ ਉਹਨੂੰ ਆਪਣੇ ਤੱਕ ਸੀਮਿਤ ਨਾ ਰੱਖੋ ਕਿਉਂਕਿ ਜਦੋਂ ਤੱਕ ਤੁਸੀਂ ਇਹ ਲੋਕਾਂ ਨੂੰ ਨਹੀਂ ਦੱਸੋਗੇ ਵਿਭਾਗ ਨੂੰ ਇਹ ਨਹੀਂ ਦੱਸੋਗੇ ਕਿ ਇਸ ਪਾਣੀ ਦੇ ਟੈਸਟ ਵਿੱਚ ਆ ਖਰਾਬੀ ਆਈ ਹੈ ਉਦੋਂ ਤੱਕ ਕਿਸੇ ਨੂੰ ਕੁਝ ਨਹੀਂ ਪਤਾ ਲੱਗੇਗਾ ਇਹ ਚੀਜ਼ ਜਿਹੜੀ ਹੈ ਇਹ ਸਾਰੇ ਪਤਾ ਕਰਨ ਵਾਸਤੇ ਜਨ ਜੀਵਨ ਮਿਸ਼ਨ ਦੇ ਤਹਿਤ ਇੱਕ ਵੈਬਸਾਈਟ ਬਣਾਈ ਹੈ ਉਸ ਵੈਬਸਾਈਟ ਦੇ ਵਿੱਚ ਇੱਕ ਯੂਜ਼ਰ ਹੈ ਐਫਟੀਕੇ ਦਾ ਯੂਜ਼ਰ ਹੈ ਉਸ ਯੂਜ਼ਰ ਵੱਲੋਂ ਕਈ ਬੀਬੀਆਂ ਕਈ ਪੈਣਾ ਰਜਿਸਟਰ ਹੋਈਆਂ ਤੁਸੀਂ ਇਹਦੀ ਟੈਸਟ ਕਰਨ ਤੋਂ ਬਾਅਦ ਇਹਦੀ ਰਿਪੋਰਟ ਜਿਹੜੀ ਹੈ ਉੱਥੇ ਪਾਣੀ ਹੈ ਤਾਂ ਕਿ ਪਤਾ ਲੱਗ ਜਾਏ ਇਸ ਪਿੰਡ ਦਾ ਪਾਣੀ ਇਸ ਸੋਮੇ ਦਾ ਪਾਣੀ ਸ਼ੁੱਧ ਨਹੀਂ ਹੈ ਇਕਦਮ ਉਪਰਾਲੇ ਕੀਤੇ ਜਾਣ ਬਲੀਚਿੰਗ ਪਾਊਡਰ ਪਾਇਆ ਜਾਏ ਸੋਡੀਅਮ ਹਾਈਪੋਕਲੋਰਾਈਡ ਪਾਇਆ ਜਾਏ ਕਿਉਂਕਿ ਹੁਣ ਅੱਜਕਲ੍ਹ ਬਰਸਾਤਾਂ ਦਾ ਮੌਸਮ ਵੀ ਚੱਲ ਰਿਹਾ ਹੈ ਇਸ ਕਰਕੇ ਕਟਾਣੂਆਂ ਦੇ ਪਣਪਣ ਦੀ ਵਜ੍ਹਾ ਬੰਦਾ ਹੈ ਔਰ ਉਥੇ ਰਿਪੋਰਟ ਪਾਉਂਗੇ ਸਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ ਕਿ ਇਸ ਵੇਲੇ ਇਸ ਪਿੰਡ ਦੇ ਵਿੱਚ ਕੋਈ ਸਮੱਸਿਆ ਚੱਲ ਰਹੀ ਹੈ ਜਿਹਦੇ ਨਾਲ ਅਸੀਂ ਐਪੀਡੈਮਿਕਸ ਤੋਂ ਬਚ ਜਾਵਾਂਗੇ ਔਰ ਚੰਗੀ ਸਿਹਤ ਵੱਲ ਨੂੰ ਕਦਮ ਚੁੱਕ ਲਵਾਂਗੇ ਹਰਸ਼ਜੀਵ ਮੈਡਮ ਵਿਨਾਕਸ਼ੀ ਜੀ ਨੇ ਬਹੁਤ ਸੋਹਣੇ ਢੰਗ ਨਾਲ ਆਪਣਾ ਸਨੇਹ ਦਿੱਤਾ ਸਮਾਪਨ ਵੀ ਕਰਤਾ ਤੇ ਹੁਣ ਆਪਾਂ ਧੰਨਵਾਦ ਕਰੀਏ ਮੈਡਮ ਜੀ ਦਾ ਵਿਨਾਕਸ਼ੀ ਜੀ ਤੁਹਾਡੇ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ ਘਰ ਘਰ ਨਾਲ ਘਰ ਘਰ ਚੱਲ ਤੁਸੀਂ ਦੇਖਿਆ ਦਰਸ਼ਕੋ ਵਿਨਾਕਸ਼ੀ ਮੈਡਮ ਨੇ ਕਿਵੇਂ ਸਾਨੂੰ ਪਾਣੀ ਦੀ ਗੁਣਵਤਾ ਅਤੇ ਜਾਂਚ ਬਾਰੇ ਬਹੁਤ ਹੀ ਸੋਹਣੇ ਔਰ ਸੁਚੱਜੇ ਢੰਗ ਨਾਲ ਜਾਣੂ ਕਰਾਇਆ ਹਰਸ਼ਜੀ ਮੈਂ ਤਾਂ ਅੱਗੇ ਵੀ ਕਿਹਾ ਸੀ ਕਿ ਮੈਡਮ ਜੀ ਦੇ ਸ਼ਬਦਾਂ ਦੀ ਚੋਣ ਜਿਹੜੀ ਹੁੰਦੀ ਆ ਉਹ ਇੰਨੀ ਵਧੀਆ ਹੁੰਦੀ ਆ ਖਾਸ ਤੌਰ ਤੇ ਸਾਡੀਆਂ ਪਿੰਡੂ ਸਵਾਨੀਆਂ ਪਿੰਡੂ ਔਰਤਾਂ ਜਿਹੜੀਆਂ ਸਾਡੇ ਭੈਣਾ ਵਾਂ ਉਹ ਮੈਡਮ ਜੀ ਦੀਆਂ ਗੱਲਾਂ ਨੂੰ ਪੱਲੇ ਵੀ ਬੰਨਣਗੀਆਂ ਤੇ ਮੈਂ ਉਮੀਦ ਕਰਦਾ ਪ੍ਰਚਾਰ ਵੀ ਕਰਨ ਗਿਆ। ਔਰ ਸਾਡੇ ਸਰੋਤਿਆਂ ਨੂੰ ਵੀ ਜਿਹੜਾ ਹੈਗਾ ਇਹ ਬੜਾ ਹੀ ਰੋਚਕ ਲੱਗਿਆ ਹੋਵੇਗਾ ਜਦੋਂ ਉਹਨਾਂ ਨੇ ਇਤਿਹਾਸ ਔਰ ਮੌਜੂਦਾ ਟਾਈਮ ਨੂੰ ਜੋੜਿਆ ਔਰ ਸਾਡੀ ਸਿਹਤ ਬਾਰੇ ਸਾਨੂੰ ਔਰ ਸ਼ੁੱਧ ਪਾਣੀ ਬਾਰੇ ਗਿਆਨ ਦਿੱਤਾ। ਤੇ ਹਰਸ਼ ਜੀ ਅੱਗੇ ਕੀ ਪੇਸ਼ ਕਰਾ ਰਹੇ ਹੋ? ਅੱਗੇ ਸਾਡੇ ਸਰੋਤਿਆਂ ਲਈ ਤਾਇਆ ਜੀ ਦੇਖੋ ਕੀ ਲੈ ਕੇ ਆਏ ਨੇ। ਆਓ ਦਰਸ਼ਕੋ ਵੇਖਦੇ ਹਾਂ ਸਾਡਾ ਤਾਇਆ ਕੀ ਨਵਾਂ ਲੈ ਕੇ ਆਇਆ। ਘਰ ਘਰ ਨਾਲ ਘਰ ਘਰ ਜਲ ਬੱਲੇ 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 ਕਿੰਨਾ ਸੋਹਣਾ ਪਿੰਡ ਲੱਗਦਾ ਅੱਜ ਤਾਂ ਕਮਾਲ ਕਰਤੀ ਕਮਾਲ ਕਰਤੀ ਆ ਤਾਇਆ ਜੀ ਸਤਿ ਸ੍ਰੀ ਅਕਾਲ ਕੀ ਦੇਖੀ ਜਾਨੇ ਹੁ ਘੁੰਮ-ਘੁੰਮ ਕੇ ਕਹਿੰਦੇ ਜੀ ਮੁੰਡੇ ਨਾਲੇ ਕਹਿੰਦੇ ਆਪਣਾ ਸਮਰਾਟ ਵਿਲੇਜ ਬਣ ਗਿਆ ਆ ਮੈਂ ਕਿਹਾ ਚਲੋ ਘੁੰਮ ਕੇ ਆਉਂਦੇ ਆ ਦੇਖੇ ਆਉਂਦੇ ਆ ਛੜਕਾ ਕਿੰਨੀਆਂ ਸੋਹਣੀਆਂ ਬਣ ਗਈਆਂ ਮੈਂ ਕਿਹਾ ਦੇਖੀ ਜਾਈਂ ਚਾ ਕੇ ਜਾ ਕੇ ਪਤਾ ਲੱਗੂਗਾ ਤੁਨ ਉਹ ਤਾਇਆ ਜੀ ਸਮਰਾਟ ਵਿਲੇਜ ਨਹੀਂ ਸਮਾਰਟ ਵਿਲੇਜ ਜਿਹੜਾ ਸਾਫ਼ ਤੇ ਸੁਥਰਾ ਪਿੰਡ ਆ ਵਾਓ ਉਹ ਤਾਈ ਵੀ ਤੁਹਾਡੀ ਕਹਿੰਦੀ ਸੀਗੀ ਟੈਲਾ ਨੂੰ ਲੋਕਾ ਲੱਤਾ ਬਹੁਤ ਸੋਹਣਾ ਪੈਦ ਲੱਗਦਾ ਉਹ ਤਾਇਆ ਜੀ ਟੈਲਾ ਨੂੰ ਲੋਕ ਨਹੀਂ ਇੰਟਰਲੋਕਿੰਗ ਟੈਲਾ ਲਗਾ ਦਿੱਤੀਆਂ ਆ ਨਾਲੇ ਫੈਰਨੀ ਦੇ ਆਲੇ ਦੁਆਲੇ ਹਰੇ ਭਰੇ ਬੂਟੇ ਲਾਤੇ ਆ ਹੁਣ ਪਿੰਡ ਵੀ ਤੇ ਪੂਰਾ ਪੰਜਾਬ ਵੀ ਹਰਿਆ ਭਰਿਆ ਲੱਗੂਗਾ ਉਹ ਤਾਦੇ ਹੀ ਪਤੀ ਮੈਨੂੰ ਤੇਰੀ ਗੱਲ ਤੋਂ ਪਤਾ ਲੱਗਾ ਤੁਹਾਡੇ ਨਿਆਣੇ ਵੀ ਕਹਿੰਦੇ ਸੀ ਬਾਹਰ ਪਿੰਡੋਂ ਬਾਹਰ ਚੱਪਟ ਪਟ ਹੋ ਰਿਆ ਉਹਦੇ ਵਿੱਚ ਸੀ ਵੀਰੇ ਪਾ ਕੇ ਗੱਦਾ ਪਾਣੀ ਉਹ ਚ ਪਾਇਆ ਜਾਣਾ ਜੇ ਪੈਂਦਾ ਗੰਦਾ ਪਾਣੀ ਉੱਥੇ ਚਲੇ ਗਿਆ ਨਾਲੀਆਂ ਖਤਮ ਮੱਖੀਆਂ ਖਤਮ ਬਮਾਰੀਆ ਖਤਮ ਬਹੁਤ ਬਧੀਆ ਹੋ ਗਿਆ ਨਾਪਤੀ ਉਹ ਤਾਇਆ ਜਿਆਦਾ ਗੱਲਾਂ ਨਾ ਕਰ ਤੂੰ ਇਦਾਂ ਕਰ ਇੱਥੇ ਬਹਿ ਜਾ ਟੂਟੀ ਦਾ ਪਾਣੀ ਪੀ ਮੈਂ ਹੁਣੇ ਆਇਆ ਮੈਨੂੰ ਬਹੁਤ ਜ਼ਰੂਰੀ ਕੰਮ ਚੇਤ ਆ ਗਿਆ ਮੈਂ ਘਰੇ ਜਾ ਕੇ ਆਉਣਾ ਉੱਠਾ ਤਾਇਪਤੀ ਘਰ ਨੂੰ ਚੱਲਿਆ ਤੂੰ ਘਰ ਨਹੀਂ ਜਾਣਾ ਜਾਂਦਾ ਹੋਇਆ ਮੇਰੇ ਕਾਪੀ ਲੈ ਗਿਆ ਪਾਣੀ ਵਾਲੀ ਉੱਥੇ ਡਿਪਾਰਟਮੈਂਟ ਵਾਲੇ ਪਾਣੀ ਦਾ ਬਿੱਲ ਲੈਣ ਆਏ ਆ ਉੱਥੇ ਕਾਪੀ ਤੇ ਪੈਸੇ ਵੇਚੇ ਹੀ ਆ ਉਹ ਜਾ ਕੇ ਜਮ੍ਹਾਂ ਕਰਾ ਦੇ ਰਸੀਦ ਵੀ ਲੈ ਲਈ ਨਾਲੇ ਕਾਪੀ ਚੈਂਟੀਕ ਕਰਾ ਦੇ ਬਹੁਤ ਜ਼ਰੂਰ ਯਾ ਪਾਣੀ ਦਾ ਬਿੱਲ ਦੇ ਜਾਨ ਠੀਕ ਹੈ ਤਾਇਆ ਜੀ ਉਹ ਤਾਇਆ ਜੀ ਤੁਸੀਂ ਤਾਂ ਐਵੇਂ ਫਿਕਰ ਕਰੀ ਜਾਨੇ ਅਸੀਂ ਤਾਂ ਪਾਣੀ ਦਾ ਬਿੱਲ ਜਮਾ ਕਰਾਉਂਦੇ ਹੀ ਨਹੀਂ ਤੇ ਸਾਡੇ ਪਾਣੀ ਵੀ ਬਹੁਤ ਵਧੀਆ ਆਉਂਦਾ ਉਹ ਪਾਲੀ ਜੀ ਲੱਗਦਾ ਤੁਸੀਂ ਚੰਗੀ ਤਰ੍ਹਾਂ ਅਨਾਉਂਸਮੈਂਟ ਨਹੀਂ ਸੁਣੀ ਕੱਲ ਪੈਂਡ ਦੇ ਵਿੱਚ ਅਨਾਉਂਸਮੈਂਟ ਕੀਤੀ ਸੀ ਕਿ ਜਿਨ੍ਹਾਂ ਨੇ ਪਾਣੀ ਦਾ ਬਿੱਲ ਨਹੀਂ ਦਿੱਤਾ ਉਹਨਾਂ ਦੇ ਕਨੈਕਸ਼ਨ ਕੱਟ ਦਿੱਤੇ ਜਾਣਗੇ ਉਹ ਕਾਕਾ ਜੀ ਬਿੱਲ ਸਾਰਿਆਂ ਨੂੰ ਭਰਨਾ ਚਾਹੀਦਾ ਆ ਬਿੱਲ ਭਰਾਂਗੇ ਤਾਂ ਥਾਪ ਸੁਸਰੇ ਪਾਣੀ ਦੀ ਸਪਲਾਈ ਸਾਨੂੰ ਮਿਲ ਲੂਗੀ ਇਸ ਕਰਕੇ ਆਪ ਨੂੰ ਬਿੱਲ ਜ਼ਰੂਰ ਭਰਨਾ ਚਾਹੀਦਾ ਉਹ ਹਾਂਜੀ ਤਾਇਆ ਜੀ ਕਿੰਨੀ ਕਿਤੇ ਰਕਮ ਹੁੰਦੀ ਆ ਥੋੜੀ ਰਕਮ ਆ ਸਾਨੂੰ ਹਰ ਮਹੀਨੇ ਪਾਣੀ ਦਾ ਬਿੱਲ ਜਮ੍ਹਾਂ ਕਰਾ ਦੇਣਾ ਚਾਹੀਦਾ ਆ ਲੈ ਇਹ ਗੱਲ ਸਹੀ ਆ ਥੋੜਾ ਜਿਹਾ ਬਿੱਲ ਆਪਾਂ ਟਾਈਮ ਸੱਤ ਜਮ੍ਹਾਂ ਕਰਾਈਏ ਤੇ ਆਪਣਾ ਸੁਖੀ ਜੀਵਨ ਬਤਾ ਸਕਦੇ ਆ ਤਾਇਆ ਜੀ ਮੈਂ ਤੁਹਾਡੀ ਗੱਲ ਸਮਝ ਗਿਆ ਸਾਨੂੰ ਬਿੱਲ ਜ਼ਰੂਰ ਦੇਣਾ ਚਾਹੀਦਾ ਜੇ ਅਸੀਂ ਬਿੱਲ ਨਹੀਂ ਦਵਾਂਗੇ ਤਾਂ ਲੋਕ ਭਲਾਈ ਦੀਆਂ ਸਕੀਮਾਂ ਕਿੱਥੋਂ ਆਉਣਗੀਆਂ ਫੰਡ ਕਿੱਥੋਂ ਆਉਣਗੇ ਬਿੱਲ ਦੇ ਕੇ ਅਸੀਂ ਮਹਿਕਮੇ ਦਾ ਨਹੀਂ ਖੁਦ ਆਪਣਾ ਹੀ ਭਲਾ ਕਰਦੇ ਆ ਤੇ ਸਾਨੂੰ ਸਾਰਿਆਂ ਨੂੰ ਪਾਣੀ ਦਾ ਬਿੱਲ ਦੇਣਾ ਚਾਹੀਦਾ ਪੱਕਾ ਕਰ ਲੋ ਆਪਣਾ ਦਿਲ ਟਾਈਮ ਤੇ ਭਰਾਂਗੇ ਪਾਣੀ ਦਾ ਬਿੱਲ ਘਰ ਘਰ ਨਾਲ ਘਰ ਘਰ ਜਲ ਹਰਜੀਪਤ ਸਹੀ ਕਿਹਾ ਸੀ ਵੀ ਸਾਡਾ ਤਾਇਆ ਕੀ ਨਵਾਂ ਲੈ ਕੇ ਆਇਆ ਤੇ ਤਾਇਆ ਜੀ ਨੇ ਤੇ ਅੱਜ ਸਾਨੂੰ ਉਹ ਪਿੰਡਾਂ ਦੀ ਸ਼ਹਿਰ ਕਰਾਤੀ ਜਿੱਥੇ ਸਾਡੀਆਂ ਪਿੰਡਾਂ ਦੀਆਂ ਜੀਪੀਡਬਲਯੂਸੀ ਕਮੇਟੀਆਂ ਉਹਨਾਂ ਨੇ ਮਿਲ ਕੇ ਇੰਨੀ ਮਿਹਨਤ ਕੀਤੀ ਆ ਔਰ ਇੰਨਾ ਜ਼ਿਆਦਾ ਵਿਲੱਖਣ ਕੰਮ ਕੀਤਾ ਪਿੰਡ ਪਿੰਡ 스마트 ਪਿੰਡ ਬਣਾ ਕੇ ਰੱਖਦੇ ਆ ਔਰ ਪਿੰਡ ਸਾਨੂੰ ਦਿਖਾਉਂਦੇ ਅੱਜ ਤੇ ਹਰਸ ਜੀ ਹੁਣ ਟਾਈਮ ਪਤਾ ਕੀ ਹੋ ਰਿਹਾ ਆਪਾਂ ਜਾਣੀਏ ਸਾਡੇ ਨਿੱਕੇ ਨਿੱਕੇ ਬੱਚੇ ਕੀ ਬਣਗੀ ਪੇਸ਼ ਕਰ ਰਹੇ ਨੇ ਹਰ ਘਰ ਨਾਲ ਨਾਲ ਕਰ ਕਰ ਜਲ ਮੈਂ ਪਿੰਡ ਦੀ ਹਾਂ ਵਗਦੀ ਕੱਸੀ ਮੈਂ ਪਿੰਡ ਦੀ ਹਾਂ ਵਗਦੀ ਕੱਸੀ ਗੱਲ ਪਤੇ ਦੀ ਸੁਣ ਲੋ ਦੱਸੀ ਮੈਂ ਪਿੰਡ ਦੀ ਹਾਂ ਵਗਦੀ ਕੱਸੀ ਮੈਂ ਖੇਤਾਂ ਦੀ ਨੱਚਦੀ ਰਾਣੀ ਮੈਂ ਫਸਲਾਂ ਨੂੰ ਦਿੰਦੀ ਪਾਣੀ ਮੈਂ ਖੇਤਾਂ ਦੀ ਨੱਚਦੀ ਰਾਣੀ ਮੈਂ ਫਸਲਾਂ ਨੂੰ ਦੇਂਦੀ ਪਾਣੀ ਮੈਂ ਕੱਲੀ ਤੇ ਪਿੰਡ ਨੇ ਅਸੀ ਮੈਂ ਪਿੰਡ ਦੀ ਹਾਂ ਵਗਦੀ ਕਸੀ ਮੈਂ ਪਿੰਡ ਦੀ ਹਾਂ ਵਗਦੀ ਕਸੀ ਹਾੜੀ ਸੋਣੀ ਰਹਾ ਮੈਂ ਵਗਦੀ ਮੈਂ ਫਸਲਾਂ ਦੀ ਖਾਸਾਂ ਲੱਗਦੀ ਹਾੜੀ ਸੋਣੀ ਰਹਾ ਮੈਂ ਵਗਦੀ ਮੈਂ ਫਸਲਾਂ ਦੀ ਖਾਸਾਂ ਲੱਗਦੀ ਵੱਡੀ ਨਹਿਰੋਂ ਆਉਂਦੀ ਨਸੀ ਮੈਂ ਪਿੰਡ ਦੀ ਹਾਂ ਵਗਦੀ ਕਸੀ ਵੱਡੀ ਨਹਿਰੋਂ ਆਉਂਦੀ ਨਸੀ ਮੈਂ ਪਿੰਡ ਦੀ ਹਾਂ ਵਗਦੀ ਕਸੀ ਕਿਸਾਨਾਂ ਨੂੰ ਮੈਂ ਖੁਸ਼ੀਆਂ ਵੰਡਾਂ ਅਨਦਿਆ ਮੈਂ ਭਰਦੀ ਵੰਡਾ ਕਿਸਾਨਾਂ ਨੂੰ ਮੈਂ ਖੁਸ਼ੀਆਂ ਵੰਡਾ ਅਨਦਿਆ ਮੈਂ ਭਰਦੀ ਵੰਡਾ ਗੱਲ ਪਤੇ ਦੀ ਦੱਸ ਗਿਆ ਜੱਸੀ ਮੈਂ ਪਿੰਡ ਦੀ ਹਾਂ ਵਗਦੀ ਕੱਸੀ ਮੈਂ ਪਿੰਡ ਦੀ ਹਾਂ ਵਗਦੀ ਕੱਸੀ ਘਰ ਘਰ ਜਲ ਘਰ ਘਰ ਜਲ ਮੇਰਾ ਨਾਮ ਜਲ ਹੈ ਮੇਰਾ ਨਾਮ ਜਲ ਹੈ ਮੇਰੇ ਨਾਲ ਅੱਜ ਹੈ ਮੇਰੇ ਨਾਲ ਕੱਲ ਹੈ ਮੇਰਾ ਨਾਮ ਜਲ ਹੈ ਮੇਰਾ ਨਾਮ ਜਲ ਹੈ ਕੁਦਰਤ ਦਾ ਮਿਆਨ ਅਨਮੋਲ ਖਜ਼ਾਨਾ ਪਿਆਸੇ ਦੀ ਮੈਂ ਪਿਆਸ ਮਟਾਨਾ ਕੋਈ ਆਵੇ ਮੇਰੇ ਕੋਲ ਕਈਆਂ ਕੋਲ ਮੈਂ ਹਾਂ ਜਾਨਾ ਇਨਸਾਨ ਪਸ਼ੂ ਪੰਛੀ ਸਾਰੇ ਇਹ ਜੀਉਂਦੇ ਮੇਰੇ ਸਹਾਰੇ ਮੇਰੇ ਬਿਨ ਜੀਵਨ ਨਹੀਂ ਹੈ ਏਕੇ ਗਲ ਅਟਲ ਹੈ ਮੇਰਾ ਨਾਮ ਜਲ ਹੈ ਮੇਰਾ ਨਾਮ ਜਲ ਹੈ ਪਿਆਸ ਵਗਨ ਤੋਂ ਬਚਾਓ ਮੈਨੂੰ ਤਾਂ ਹੀ ਮੈਂ ਬਚਾਵਾਂ ਤੁਹਾਨੂੰ ਪੱਲੇ ਬਾਲੋ ਇਹ ਪਤੇ ਦੀ ਗੱਲ ਹੈ ਮੇਰਾ ਨਾਮ ਜਲ ਹੈ ਮੇਰਾ ਨਾਮ ਜਲ ਹੈ ਮੇਰਾ ਨਾਮ ਜਲ ਹੈ ਮੇਰਾ ਨਾਮ ਜਲ ਹੈ ਘਰ ਘਰ ਨਾਲ ਘਰ ਘਰ ਜਲ ਸ਼ਰਮਾ ਜੀ ਬੱਚਿਆਂ ਨੇ ਬਹੁਤ ਹੀ ਡੂੰਗਾ ਜਿਹੜਾ ਹੈਗਾ ਸਾਡੇ ਸਰੋਤਿਆਂ ਨੂੰ ਸਨੇਹਾ ਦਿੱਤਾ ਜਲ ਨਾਲ ਹੀ ਸਾਡਾ ਅੱਜ ਹੈ ਤੇ ਜਲ ਨਾਲ ਹੀ ਸਾਡਾ ਕੱਲ ਹੈ ਬਿਲਕੁਲ ਠੀਕ ਹੈ ਜੀ ਬੱਚੀ ਨੇ ਵੀ ਹਰਸੀ ਦੇਖਿਆ ਕਿੰਨੀ ਕਮਾਲ ਕੀਤੀ ਕਿ ਮੈਂ ਪਿੰਡ ਦੀ ਕੱਸੀ ਹ ਮਲੋਣੇ ਕਹਿੰਦੀ ਕੋਸ਼ਿਸ਼ ਕੀਤੀ ਕਿ ਮੈਂ ਅਸੀਂਆਂ ਪਿੰਡਾਂ ਨੂੰ ਸਿੰਚਾਈ ਤੌਰ ਤੇ ਪਾਣੀ ਦਿੰਨੀ ਆ ਮੇਰੇ ਪਾਣੀ ਨਾਲ ਤੁਸੀਂ ਫਸਲਾ ਬੀਜਦੇ ਹੋ ਸਾਡੀ ਸੌਣੀ ਦੀ ਕਮਾਈ ਕਰਦੇ ਹੋ ਤੇ ਅਸੀਂ ਪਾਣੀ ਦਾ ਨਰਾਦਰ ਨਾ ਕਰੀਏ ਸਤਕਾਰ ਹੀ ਕਰੀਏ ਬਿਲਕੁਲ ਸ਼ਰਮਾ ਜੀ ਤੇ ਆਪਾਂ ਜਿਹੜਾ ਸਮਾਂ ਆ ਰਿਹਾ ਪੈਰੇ ਸਰੋਤਿਓ ਉਹ ਸਾਨੂੰ ਹੁਣ ਇਜਾਜ਼ਤ ਦੇ ਰਿਹਾ ਕਿ ਅਸੀਂ ਪ੍ਰੋਗਰਾਮ ਨਾਲ ਗੱਲ ਵਧਾਈਏ ਤੇ ਮੈਂ ਚਾਹੂੰਗਾ ਕਿ ਇਹ ਜਾਣਕਾਰੀਆਂ ਤੁਹਾਨੂੰ ਹਰ ਪ੍ਰੋਗਰਾਮ ਚ ਵੰਡਦੇ ਰਹੀਏ ਤੇ ਮੈਂ ਤੇ ਹਰਸ਼ ਜੀ ਅਗਲੇ ਹਫਤੇ ਕੋਈ ਨਵਾਂ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਪੇਸ਼ ਹੋਵਾਂਗੇ ਅੱਜ ਵਾਸਤੇ ਸਾਨੂੰ ਇੱਥੇ ਇਜਾਜ਼ਤ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਕਰ ਕਰ ਨਾਲ ਕਰ ਕਰ ਜਲ ਜਲ ਸਪਲਾਈ ਤੇ ਸੈਂਟਰੀ ਸੁਭਾਗ ਪੰਜਾਬ ਨੇ ਆਪਣੇ ਖਪਤਕਾਰਾਂ ਦੇ ਬਿੱਲਾਂ ਦੇ ਭੁਗਤਾਨ ਨੂੰ ਹੋਰ ਸੌਖਿਆ ਕਰਨ ਲਈ ਇੱਕ ਨਵਿਕਲਾ ਉਪਰਾਲਾ ਕੀਤਾ ਹੈ ਇਸ ਉਪਰਾਲੇ ਦੀ ਵਿਭਾਗ ਵੱਲੋਂ ਖਪਤਕਾਰ ਦੇ ਰਜਿਸਟਰਡ ਫੋਨ ਤੇ ਐਸਐਮਐਸ ਰਾਹੀਂ ਬਿੱਲ ਪੇ ਜਾਂਦਾ ਹੈ ਤੇ ਖਪਤਕਾਰ ਆਪਣੀ ਸਹੂਲਤ ਮੁਤਾਬਕ ਆਨਲਾਈਨ ਬਿੱਲ ਦਾ ਭੁਗਤਾਨ ਕਰਦੇ ਨੇ ਇਸ ਤੋਂ ਇਲਾਵਾ ਵਿਭਾਗ ਦਾ ਨੁਮਾਇੰਦਾ ਪਾਸ ਮਸ਼ੀਨ ਲੈ ਕੇ ਖਪਤਕਾਰ ਦੇ ਘਰ ਪਹੁੰਚਦਾ ਹੈ ਖਪਤਕਾਰ ਦੀ ਆਈਡੀ ਪ੍ਰਾਪਤ ਕਰਕੇ ਬਿੱਲ ਜਨਰੇਟ ਕਰਕੇ ਉਹ ਦਿੰਦਾ ਹੈ ਇਸ ਤੋਂ ਬਾਅਦ ਮੌਕੇ ਤੇ ਹੀ ਖਪਤਕਾਰ ਆਪਣੀ ਸਹੂਲਤ ਅਨੁਸਾਰ ਨਗਦੀ ਜਾਂ ਏਟੀਐਮ ਕਾਰਡ ਰਾਹੀਂ ਬਿੱਲ ਦਾ ਭੁਗਤਾਨ ਕਰਦਾ ਹੈ ਤੇ ਵਿਭਾਗ ਵੱਲੋਂ ਜਾਰੀ ਰਸੀਦ ਪ੍ਰਾਪਤ ਕਰਦਾ ਹੈ ਇਸ ਉਦਮ ਦਾ ਪਿੰਡਾਂ ਵਿੱਚ ਰਹਿੰਦੇ ਹਰ ਵਰਗ ਦੇ ਲੋਕ ਖਾਸ ਤੌਰ ਤੇ ਬਜ਼ੁਰਗ ਤੇ ਔਰਤਾਂ ਭਰਪੂਰ ਸ਼ਲਾਘਾ ਕਰ ਰਹੇ ਨੇ ਵਿਭਾਗ ਦੇ ਇਸ ਉਦਮ ਦਾ ਨਾ ਸਿਰਫ ਖਪਤਕਾਰ ਨੂੰ ਵੱਡਾ ਫਾਇਦਾ ਹੋ ਰਿਹਾ ਬਲਕਿ ਵਿਭਾਗ ਵੱਲੋਂ ਲਗਾਈਆਂ ਜਾ ਰਹੀਆਂ ਜਲ ਸਪਲਾਈ ਸਕੀਮਾਂ ਨੂੰ ਹੋਰ ਸਾਰੂ ਢੰਗ ਨਾਲ ਚਲਾਉਣ ਲਈ ਫੰਡ ਵੀ ਮਹੱਇਆ ਕਰਨੇ ਸੌਖੇ ਹੋ ਰਹੇ ਨੇ ਮਹਾਲੀ ਜ਼ਿਲ੍ਹੇ ਦੇ ਪਿੰਡਾਂ ਵਿੱਚ ਇਹ ਸਕੀਮ ਜਨਵਰੀ 2021 ਤੋਂ ਸਫਲਤਾਪੂਰਵਕ ਚੱਲ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਇਹ ਸਕੀਮ ਲਾਗੂ ਕੀਤੀ ਜਾਵੇਗੀ ਜਿਸ ਨਾਲ ਸੂਬੇ ਦੇ ਹਰ ਘਰ ਨੂੰ ਸ਼ੁੱਧ ਤੇ ਸਾਫ਼ ਪਾਣੀ ਪਹੁੰਚਾਉਣ ਦੀ ਮਿਸ਼ਨ ਵਿੱਚ ਤੇਜ਼ੀ ਆਵੇਗੀ ਜਲ ਜੀਵਨ ਦਾ ਮਿਸ਼ਨ ਬਣਾ ਕੇ ਲੱਭਿਆ ਇਸ ਦਾ ਹੱਲ ਜਲ ਵਿਭਾਗ ਦੇ ਕਦਮ ਸਦਕਾ ਮਾਰ ਲੈਣੀ ਹੈ ਮਲ ਘਰ ਘਰ ਜਲ ਕਰ ਕਰ ਜਲ ਕਰ ਕਰ ਜਲ ਘਰ ਘਰ ਨਲ ਕਰ ਕਰ ਜਲ ਕਰ ਕਰ ਨਲ ਕਰ ਕਰ ਜਲ ਘਰ ਘਰ ਨਲ ਕਰ ਕਰ ਜਲ